ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤਹੂ। ਮੈਂ ਅੱਜ ਨਾ ਸਾਡੇ ਭੈਣ ਭਰਾਵਾਂ ਨਾਲ ਇਹ ਗੱਲ ਕਰਨੀ ਸੀ ਕਿ ਜਿਹੜਾ ਬਿਲਡਿੰਗ ਦੇ ਮੁਤਲਕ ਇੱਕ ਬਾਤ ਗੱਲ ਕਰਨੀ ਸੀ ਕਿ ਪੂਰੀ ਦੁਨੀਆ 'ਚ ਨਾ ਇੱਕ ਸਿਸਟਮ ਹੈ ਬਿਲਡਿੰਗ ਦੇ ਬਾਰੇ 'ਚ। ਜਦੋਂ ਕਿਸੇ ਬਿਲਡਿੰਗ ਬਣਾਉਣੀ ਹੈ, ਉਹਦੀ ਮਨਜ਼ੂਰੀ ਲੈਣੀ ਲੈਣੀ ਹੈ, ਅਤੇ ਉਹਦੇ 'ਤੇ ਕਮ ਅਜ਼ ਕਮ ਇੱਕ ਸਾਲ ਅਗਰ ਬਿਲਡਿੰਗ ਬਣਾਉਣ ਦਾ ਹੈ ਨਾ ਟਾਈਮ, ਅਤੇ 6 ਮਹੀਨੇ ਉਹਦੇ ਲੱਗ ਜਾਂਦੇ ਨੇ, ਉਹਦੇ ਨਕਸ਼ੇ ਵਗੈਰਾ, ਉਹਦਾ ਐਸਟੀਮੇਟ, ਉਹਦਾ ਸਾਰੀਆਂ ਚੀਜ਼ਾਂ ਪਾਸ ਹੋਣ 'ਚ ਟਾਈਮ ਲੱਗ ਜਾਂਦਾ। ਗੌਰਮੈਂਟ ਦੀ ਕੋਈ ਬਿਲਡਿੰਗ ਬਣਦੀ ਹੈ ਜਾਂ ਇਸ ਤਰ੍ਹਾਂ, ਜਿਸ ਤਰ੍ਹਾਂ ਅਮਰੀਕਾ 'ਚ ਨਾ ਕਿ ਉਹਦੇ ਬਿਲਡਿੰਗ ਦਾ ਉਹਦਾ ਨਕਸ਼ੇ ਬਣਨੇ ਨੇ, ਉਹਦੇ ਮੀਟਿੰਗ ਇੰਜੀਨੀਅਰ ਪਾਉਣਾ, ਉਹਨਾਂ ਮਸ਼ਵਰੇ ਕਰਨੇ ਨੇ ਉਹਦੇ 'ਚ ਕੀ ਕਮੀ ਹੈ, ਕੀ ਇਹ ਕਿ ਮਾਮਲਾ, ਉਹ ਮਾਮਲਾ। ਉਸ ਤੋਂ ਬਾਅਦ ਪ੍ਰੀ ਕੁਆਲੀਫਿਕੇਸ਼ਨ ਜਿਹੜੀ ਉਹ ਪਹਿਲੇ ਕਰਨੀ ਹੈ ਉਹਨਾਂ ਦੀ ਕੰਪਨੀਆਂ ਦੀ, ਉਹਨਾਂ ਦੀ ਕਰਕੇ, ਅਤੇ ਉਹਨਾਂ ਨੇ ਆਖਣਾ ਨੇ ਕਿਹਾ ਤੁਸੀਂ ਮਤਲਬ ਇੱਕ ਜਿਹੜੀ ਕੰਪਨੀਆਂ ਟਾਪ ਕਲਾਸ ਦੀਆਂ ਕੰਪਨੀਆਂ, ਉਹਨਾਂ ਆਉਣਾ, ਅਤੇ ਉਹਨਾਂ ਨੇ ਆ ਕੇ ਉਹਨ ਬਿਲਡਿੰਗ ਨੂੰ ਮਤਲਬ ਕਿ ਉਹਨਾਂ ਕੰਪਨੀਆਂ ਦੇਣਾ। ਉਸ ਤੋਂ ਬਾਅਦ ਉਹਦੀ ਜਦੋਂ ਸ਼ਾਰਟ ਲਿਸਟਿੰਗ ਕਰਦੇ ਨੇ, ਉਹਨਾਂ ਨੂੰ ਕੰਪਨੀਆਂ ਵੇਖਦੇ ਨੇ ਜਿਹੜੀਆਂ ਕੰਪਨੀਆਂ ਉਹਨਾਂ 'ਚ ਪਾਏ ਦੀਆਂ ਜਾਂ ਸਹੀ ਜਿਹੜੀਆਂ ਉਹਦੇ ਪੂਰਾ ਉਤਰਦੀਆਂ, ਉਹਨਾਂ ਨੂੰ ਰੱਖਣਾ, ਅਤੇ ਦੂਜੀ ਉਹਨਾਂ ਨੇ ਟੈਂਡਰ ਕਰਨਾ। ਅੱਛਾ, ਫਿਰ ਟੈਂਡਰ ਜਦੋਂ ਹੋ ਜਾਂਦਾ, ਅਤੇ ਉਹਨਾਂ ਨੇ ਮਤਲਬ ਇਹ ਨਹੀਂ ਹੋਣਾ ਕਿ ਉਹ ਟੈਂਡਰ ਹੋ ਗਿਆ ਅਤੇ ਬਸ ਠੀਕ ਹੈ, ਉਹਨਾਂ ਨੇ ਬਿਲਡਿੰਗ ਸ਼ੁਰੂ ਕਰ ਦੇਣੀ ਹੈ। ਉਹਨਾਂ ਨੇ ਪ੍ਰੋਪਰ, ਉਹਨਾਂ ਨੇ ਇਹ ਨਹੀਂ ਆਖਣਾ ਕਿ ਅਗਰ ਕਿਸੇ ਨੁਕਸਾਨ 'ਚ ਥੋੜ੍ਹੇ ਰੇਟ 'ਚ ਲਿਆ, ਤਾਂ ਉਹਦਾ ਇਹ ਨਹੀਂ ਕਿ ਉਹ ਮਤਲਬ ਹੁਣ ਟੈਂਡਰ ਕੋਈ ਕੈਂਸਲ ਕਰਾ ਲਵੇ, ਨਾ ਨਾ ਨਾ, ਇਸ ਤਰ੍ਹਾਂ ਤਾਂ ਨਹੀਂ ਹੁੰਦਾ ਪਾਕਿਸਤਾਨ 'ਚ। ਜਿਵੇਂ ਟੈਂਡਰ ਕਰ, ਉਹ ਸਮਝੋ ਕਿ ਮੌਤ ਸਜ਼ਾ ਦਾ ਜੁਰਮਾਨਾ, ਇਤਨਾ ਮਤਲਬ ਕਿ ਅਗਰ ਕੋਈ ਹੈ ਉਹਦਾ ਅਗਰ ਥੋੜ੍ਹਾ ਜਿਹਾ ਕੰਮ ਕੀਤਾ ਨੇ, ਅਗਰ ਨਹੀਂ ਰੁਕਿਆ ਜਿੰਨਾ ਉਹਨਾਂ, ਉਸ ਬਾਅਦ ਫਾਈਨ ਸ਼ੁਰੂ ਹੋ ਜਾਂਦਾ। ਫਾਈਨ ਤੋਂ ਬਾਅਦ ਫਿਰ ਉਸ ਬਾਅਦ ਉਹਦਾ ਮਤਲਬ ਆਸਤਾ ਆਸਤਾ ਕਰਦਿਆਂ ਕਰਦਿਆਂ ਬਲੈਕ ਲਿਸਟ ਕਰ ਦੇਣ। ਅਗਰ ਬਲੈਕ ਲਿਸਟ ਫਰਮ ਕਰ ਦੇਣ ਬਾਹਰ ਮੁਲਕਾਂ ਵਿੱਚ ਪੂਰੀ ਦੁਨੀਆ 'ਚ, ਉਸ ਤੋਂ ਬਾਅਦ ਉਹ ਦੁਬਾਰਾ ਫਰਮ ਨਹੀਂ ਆ ਸਕਦੀ। ਇਸ ਵਾਸਤੇ ਹੀ ਕਿ ਪਾਕਿਸਤਾਨ 'ਚ ਕੋਈ ਬਾਹਰ ਦੀ ਫਰਮ ਆਉਣ ਦਿੰਦੇ ਹੀ ਨਹੀਂ, ਕਿਉਂਕਿ ਸਾਰੇ ਇੱਥੇ ਮਾਮੇ ਚਾਚੇ ਸਾਰੀਆਂ ਉਹਨਾਂ ਦੀਆਂ ਫਰਮਾਂ ਔਰ ਉਹ ਬਿਲਡਿੰਗਾਂ ਬਣਾਉਂਦੇ ਨੇ, ਔਰ ਉਸ ਤਰ੍ਹਾਂ ਸਾਰੀਆਂ ਨਾਕਸ, ਮਤਲਬ ਕੋਈ ਉਹਦਾ ਹੁੰਦਾ ਨਹੀਂ। ਇਹ ਵੇਖੋ ਬਿਲਡਿੰਗ ਬਣਦੀ ਪਈ ਹੈ, ਜਿਵੇਂ ਕੋਈ ਇਹ ਨਹੀਂ ਹੁੰਦਾ ਕਿ ਮਤਲਬ ਕਿ ਉਹਨਾਂ ਨੇ ਇਹਨਾਂ ਵੇਖਣਾ ਹੈ ਕਿ ਬਿਲਡਿੰਗ ਨੂੰ ਮਤਲਬ ਕਿ ਉਹਦਾ ਠੇਕੇਦਾਰ ਹੈ ਜਿਹੜਾ, ਉਹਨੇ ਇਸ ਤਰ੍ਹਾਂ ਕਰਨਾ ਕਿ ਜਿਹੜਾ ਪਾਕਿਸਤਾਨ 'ਚ ਠੇਕੇਦਾਰ ਹੈ ਉਹਨੇ ਸਿਫਾਰਿਸ਼ ਕਰਾਉਣੀ ਹੈ, ਉਹਨੇ ਟੈਂਡਰ ਕੈਂਸਲ ਕਰਾ ਲੈਣਾ। ਮਤਲਬ ਟੈਂਡਰ ਹੋਇਆ, ਟੈਂਡਰ ਕੈਂਸਲ ਹੋ ਜਾਣਾ, ਬਈ ਕਿਉਂ ਕੈਂਸਲ ਹੋ ਜਾਣਾ, ਮਤਲਬ ਉਹ ਜੀ, ਮਤਲਬ ਇੰਝ ਹੀ ਮਤਲਬ ਗੱਲ ਕਰ, ਮਤਲਬ ਇੱਕ ਕੋਈ ਕਾਨੂੰਨ, ਕੋਈ ਸਿਸਟਮ ਜਦੋਂ ਨਹੀਂ ਬਣੇਦਾ ਨਾ, ਇਹ ਮੁਲਕ ਤਰੱਕੀ ਨਹੀਂ ਕਰਨ ਦੇ। ਮਿਸਾਲ ਦੇ ਤੌਰ 'ਤੇ ਕੋਈ ਬਿਲਡਿੰਗ ਬਣਦੀ ਹੈ, ਉਹਦੇ 'ਚ ਹੋਣਾ ਚਾਹੀਦਾ ਹੈ ਕਿ ਇਹਦਾ ਐਮਰਜੈਂਸੀ ਐਗਜੈਕਟ ਕੀ ਹੈ, ਇਹਦੀ ਐਮਰਜੈਂਸੀ ਨਿਕਲ ਕਿਵੇਂ ਸਕਦੇ ਹਾਂ। ਉਸ ਤੋਂ ਬਾਅਦ ਮਤਲਬ ਹੈ ਕਿ ਉਹਦੇ 'ਚ ਪਾਰਕਿੰਗ ਕੀ ਹੈ, ਉਹਦਾ ਪੂਰਾ ਸਿਸਟਮ ਹੈ ਕਿ ਇਹ ਪਾਰਕਿੰਗ ਹੋਵੇਗੀ, ਔਰ ਪਾਰਕਿੰਗ ਦੇ ਇਹ ਲਾਜ਼ ਹੋਣ ਦੇ, ਇਹਨਾਂ ਦੀ ਪੇਮੈਂਟ ਵਾਲੀ ਪਾਰਕਿੰਗ ਹੋਵੇਗੀ, ਬਗੈਰ ਪੇਮੈਂਟ ਪਾਰਕਿੰਗ ਹੋਵੇਗੀ, ਇਹ ਸਾਰਾ ਸਿਸਟਮ ਹੋਣਾ ਚਾਹੀਦਾ। ਮਟੀਰੀਅਲ ਪੂਰਾ ਹਰ ਇੱਕ ਚੀਜ਼ ਬਿਲਡਿੰਗ ਦੀ, ਕੋਈ ਜਿਹੜੀ 10 ਅੱਗੇ ਅਗਲੇ 100 ਸਾਲ ਵੀ ਹੈ, ਉਹਦੇ 'ਤੇ ਪੂਰਾ ਇਹ ਹੋਣਾ ਚਾਹੀਦਾ ਕਿ ਇਹਦੇ ਕੰਮ ਅਜ਼ ਕੰਮ ਇਹਦਾ ਕੀ, ਇਹਦਾ ਕੋਈ ਕਮੀ ਪੇਸ਼ੀ ਤਾਂ ਨਹੀਂ, ਮਤਲਬ ਇਹਦੇ ਪੂਰੀ ਹਰ ਚੀਜ਼ ਪੂਰੀ ਹੋਣੀ ਚਾਹੀਦੀ ਹੈ। ਇੱਥੇ ਤਾਂ ਬਿਲਡਿੰਗਾਂ ਐਵੇਂ ਪੈਸੇ ਦੇ ਕੇ ਅਫਸਰਾਂ ਦੇ ਮਿਲ ਮਿਲਾ ਕੇ ਸਾਰੀ ਦੁਨੀਆ ਕਰ ਕਰਾ ਕੇ ਆਪਣਾ ਸਾਰਾ ਜੀ, ਹਾਂ ਜੀ ਤਲਕ ਇਹ ਉਹ ਬਿਲਡਿੰਗ ਪਾਸ ਕਰਾ ਛੜਾ ਨਕਸ਼ਾ ਸ਼ੁਰੂ ਕਰ ਦਿੰਦਾ, ਇੰਜ ਨਹੀਂ ਹੋਣਾ ਚਾਹੀਦਾ। ਪੂਰੇ ਬਾਈਲਾਸ ਦਾ ਖਿਆਲ ਰੱਖਣਾ ਚਾਹੀਦਾ ਇੰਟਰਨੈਸ਼ਨਲ ਲੈਵਲ 'ਤੇ, ਔਰ ਕੰਪਨੀਆਂ ਫਿਰ ਪਾਕਿਸਤਾਨ 'ਚੋਂ ਕਿਉਂ ਨਹੀਂ ਆਉਂਦੀਆਂ, ਨਾ ਇਹ ਆਉਣ ਦਿੰਦੇ ਨੇ। ਬਾਹਰ ਦੀਆਂ ਕੰਪਨੀਆਂ ਇਸ ਤੋਂ ਨਹੀਂ ਆਉਂਦੀਆਂ ਕਿ ਬਾਹਰ ਦੀਆਂ ਕੰਪਨੀਆਂ ਕੰਮ ਸਹੀ ਕਰਨ, ਉਹਨਾਂ ਨੇ ਆਉਣ ਹੀ ਨਹੀਂ ਦੇਣਾ, ਟੈਂਡਰ ਕੈਂਸਲ ਕਰਾ ਛੱਡੇ, ਉਹਨਾਂ ਨੇ ਚਲਾ ਛੱਡਿਆ ਨਾ, ਬਾਹਰੋਂ ਕੰਪਨੀਆਂ ਆਉਣਦੀਆਂ ਪਾਕਿਸਤਾਨ 'ਚੋਂ ਆ ਕੇ ਕੰਮ ਕਰਨ ਦੀਆਂ, ਉਹ ਜਿਹੜੀ ਗੱਲ ਪੈਰੋਂ ਪੈਸੇ ਲੈ ਕੇ ਆਉਣ ਦੀਆਂ, ਕੰਮ ਆ ਕੇ ਕਰਨ ਦੀਆਂ, ਪਾਕਿਸਤਾਨ 'ਚ ਪੈਸਾ ਰਵੇਗਾ, ਇਹਨਾਂ ਇਸ ਤਰ੍ਹਾਂ ਨਹੀਂ ਕਰਨਾ। ਇਹਨਾਂ ਨੇ ਇਹ ਆਖਣਾ ਕਿ ਬਸ ਅਸੀਂ ਆਪਣਾ ਲੋਕਲ ਹੀ ਕਰਨਾ, ਜੋ ਵੀ ਕਰਨਾ ਉਹਨੂੰ ਉਹ ਵੀ ਕੰਮ ਖਰਾਬ ਕਰ ਦੇਣਾ, ਔਰ ਇਨਵੈਸਟਰ ਬਾਹਰੋਂ ਆਉਂਦਾ ਨਹੀਂ ਪਿਆ ਡਰਦਾ, ਕਿਉਂਕਿ ਇੱਥੇ ਕੋਈ ਇਨਸਾਫ਼ ਹੀ ਨਹੀਂ ਹੈ, ਕੋਈ ਸਿਸਟਮ ਹੀ ਨਹੀਂ ਹੈ। ਬਾਹਰੋਂ ਇਨਵੈਸਟਰ ਆਵੇ, ਜ਼ਿਆਦਾ ਜ਼ਿਆਦਾ ਇਨਵੈਸਟਰ ਆਵੇ, ਔਰ ਉਸ ਤੋਂ ਬਾਅਦ ਜ਼ਿਆਦਾ ਜ਼ਿਆਦਾ ਸਾਡੀ ਐਕਸਪੋਰਟ ਬੜੇ, ਉਸ ਤੋਂ ਬਾਅਦ ਓਵਰਸੀਜ਼ ਜਿਹੜੇ ਨੇ ਉਹਨਾਂ ਦਾ ਉਹਨਾਂ ਦਾ ਅਹਿਸਾਸ ਕੀਤਾ ਜਾਏ, ਉਹਨਾਂ ਦਾ ਖਿਆਲ ਕੀਤਾ ਜਾਏ, ਉਹਨਾਂ ਦੀ ਫੈਮਲੀਆਂ ਦਾ ਖਿਆਲ ਕੀਤਾ, ਜਿਹੜੇ ਪੈਸੇ ਭੇਜ ਦੇਣ ਪਾਕਿਸਤਾਨ 'ਚ, ਕਿਉਂਕਿ ਜ਼ੇਰੇ ਮੁਬਾਦਲਾ ਬਾਹਰੋਂ ਪੈਸੇ ਆਉਣ ਦੇ ਸਾਡਾ ਨਿਜ਼ਾਮ ਚੱਲਦਾ ਨਾ। ਜ਼ਰਾਤ ਜਿਹੜੀ ਹੈ ਉਹਦਾ ਬਿਲਕੁਲ ਵੀ ਇੰਜ ਹੈ ਕਿ ਇੰਡਸਟਰੀ ਬਿਲਕੁਲ ਵੀ ਉਹਦਾ ਨਹੀਂ, ਕੋਈ ਸਹੂਲਤ ਨਹੀਂ ਦਿੰਦੇ। ਅਗਰ ਇੱਥੇ ਕੋਈ ਦੁਕਾਨ ਖੋਲ੍ਹ ਲਵੇ ਨਾ, ਕੋਈ ਕਾਰੋਬਾਰ ਸ਼ੁਰੂ ਕਰ ਦੇ, ਉਹਦੇ ਪਿੱਛੇ ਤਾਂ ਪਹਿਲਾਂ ਟੈਕਸ ਵਾਲੇ ਜੋੜ ਜਾਣ, ਡਰਾਉਂਦੇ ਨੇ, ਉਹਨਾਂ ਇੰਜ ਹੋ ਗਿਆ ਹੋਊਗਾ। ਕੋਈ ਟੈਕਸਾਂ ਦਾ ਨਿਜ਼ਾਮ ਆਸਾਨ ਹੋਵੇ, ਇੱਕ ਪ੍ਰੋਬਲਮ ਹੋਵੇ, ਜਿਵੇਂ ਮਿਸਾਲ ਦੇ ਤੌਰ 'ਤੇ ਕਹਿਣਾ ਕਿ ਸੇਲ ਟੈਕਸ ਜਿਹੜਾ ਬੰਦਾ ਹਰ ਮਹੀਨੇ ਦੇਣਾ, ਅਤੇ ਮਤਲਬ ਬੰਦੇ ਜਾ ਕੇ ਉਹ ਕਰਾਉਂਦੇ ਨੇ, ਕੋਈ ਕਰਾਵੇ ਨਾ ਕਰਾਵੇ, ਉਹਨੂੰ ਚਾਹੀਦਾ ਸੇਲ ਟੈਕਸ ਉਹਦੇ ਵਿੱਚੋਂ ਕੱਟ ਲੈਣ, ਉਹਦੇ ਪੈਸਿਆਂ 'ਚੋਂ ਸੇਲ ਟੈਕਸ ਕੱਟ ਲਿਆ ਜਾਏ, ਜਿਹੜੇ ਮਤਲਬ ਇੱਕ ਚੀਜ਼ ਇੱਕ ਬੰਦੇ ਨੇ ਦਿੱਤੀ ਹੈ ਕਿਸੇ ਸਰਕਾਰੀ ਡਿਪਾਰਟਮੈਂਟ 'ਚੋਂ, ਉਹ ਮਤਲਬ 100 ਰੁਪਏ ਚੀਜ਼ ਦਿੱਤੀ ਹੈ, ਉਹਦੇ ਟੈਕਸ 15 ਰੁਪਈਏ ਟੈਕਸ ਹੈ, ਅਤੇ 15 ਰੁਪਈਏ ਅਗਰ ਟੈਕਸ ਇਨਕਮ ਟੈਕਸ ਕੱਟਦੇ ਨਾ, ਟੈਕਸ ਵੀ ਕੱਟ ਲਿਆ ਕਰਨ, ਔਰ ਉਸ ਤੋਂ ਬਾਅਦ ਕਿਉਂਕਿ ਉੱਥੇ ਕੰਮ ਮੁੱਕ ਜਾਵੇ, ਉਹਨਾਂ ਦਾ ਹੀ ਮੁੱਕ ਜਾਵੇ, ਉਹਨਾਂ ਦੇ ਮੁੱਕ ਸੇਲ ਟੈਕਸ ਆਹ ਚੀਜ਼ ਜਮ੍ਹਾਂ ਹੋ ਜਾਂਦਾ, ਗੌਰਮੈਂਟ ਖਾਤੇ 'ਤੇ ਉਹ ਫਿਰ ਚਲਾ ਜਾਵੇ, ਤਾਂ ਉਹ ਫਿਰ ਜਮ੍ਹਾਂ ਹੋ ਜਾਂਦਾ ਨਾ, ਉਹ ਜਮ੍ਹਾਂ ਹੋ ਜਾਵੇ ਨਾ, ਗੌਰਮੈਂਟ ਨੁਕਸਾਨ ਨਾ ਦੂਸਰਿਆਂ, ਉਹ ਟੈਕਸ ਫਿਰ ਇਸ 15% ਹੁੰਦਾ, ਉਹ ਬੰਦੇ ਆ ਦੇਣ ਜੀ 15% ਪਿੱਛੋਂ ਅਸੀਂ ਇਤਨੇ ਦੇ ਲਈ ਇਹ ਕੀਤਾ ਵੋ ਕੀਤਾ, ਕਈ ਕੰਪਨੀਆਂ ਟੈਕਸ ਦਿੰਦੇ ਨਹੀਂ, ਉਹ ਬੰਦ ਕਰ ਜਾਂਦੇ ਨੇ ਸਾਰਾ ਸਿਸਟਮ,
ਕੋਈ ਨਿਜ਼ਾਮ ਇਹਦਾ ਹੋਣਾ ਚਾਹੀਦਾ ਕੋਈ ਬੰਦਿਆਂ ਨੂੰ ਖੌਫ ਵਾਲਾ ਡਰ ਡਰ ਵਾਲਾ ਨਿਜ਼ਾਮ ਡਰ ਉਹ ਹੋਵੇ ਕਿ ਜਿਹੜਾ ਕੋਈ ਚੋਰੀ ਕਰੇ ਉਹਨੂੰ ਡਰ ਹੋਵੇ ਸਹੀ ਕੰਮ ਕਰ ਰਿਹਾ ਉਹ ਆਖੇ ਬਸ ਮੈਂ ਤਾਂ ਸਹੀ ਕੰਮ ਕਰਨਾ ਮੋਜਨ ਕੋਈ ਮਸਲਾ ਅਤੇ ਬੜੀ ਮਿਹਰਬਾਨੀ ਮੈਂ ਇਹ ਗੱਲ ਕਰਨੀ ਸੀ ਬਿਲਡਿੰਗ ਬਾਹਰ ਦੁਨੀਆ 'ਚ ਕਿਵੇਂ ਬਿਲਡਿੰਗਾਂ ਦੇ ਹੁੰਦੇ ਨੇ ਉਹ ਕਿਵੇਂ ਉਹਨਾਂ ਦੇ ਨਕਸ਼ੇ ਪਾਸ ਹੁੰਦੇ ਨੇ ਕਿਵੇਂ ਸਿਸਟਮ ਹੁੰਦਾ ਬੜਾ ਟਾਈਮ ਲੱਗਦਾ ਹੈ ਉਹ ਹਰ ਚੀਜ਼ ਮੁਕੰਮਲ ਕਰਕੇ ਤਾਂ ਉਹਨੇ ਬਿਲਡਿੰਗ ਸ਼ੁਰੂ ਕਰਨੀ ਇੱਥੇ ਕੰਮ ਸ਼ੁਰੂ ਕਰਕੇ ਫਿਰ ਇਹਨਾਂ ਬਿਲਡਿੰਗ ਜਿਹੜੀ ਹੈ ਬਿਲਡਿੰਗ ਬਾਅਦ 'ਚ ਉਹਨਾਂ ਪਾਸ ਪੂਸ ਕਰਾਉਂਦੇ ਰਹਿੰਦੇ ਨਾਲ ਖੈਰ ਹੀ ਹੈ ਜੀ ਇੱਥੇ ਕਿਹੜਾ ਮਸਲਾ ਮਸਾਇਲ ਨੂੰ ਅਤੇ ਬੜੀ ਮਿਹਰਬਾਨੀ ਮੇਰਾ ਚੈਨਲ ਜਿਹੜਾ ਨਾ ਉਹਨੂੰ ਸਬਸਕ੍ਰਾਈਬ ਕਰਨਾ ਅਤੇ ਬੈੱਲ ਆਈਕਾਨ ਦਾ ਬਟਨ ਦਬਾਉਣਾ ਅਤੇ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਥੈਂਕ ਯੂ।